ਗੁੱਡ ਈਵਨਿੰਗ। ਅੱਜ ਅਸੀਂ ਲੈਣ ਜਾ ਰਹੇ ਹਾਂ ਪ੍ਰੋਡਿਊਸਰ ਡੀ ਐਕਸ ਸੁਪਾਨਾ ਸਿੱਧੂ, ਗੁਰਵਿੰਦਰ ਗਿੱਲ ਅਤੇ ਪ੍ਰੀਤ ਸਿੱਧੂ ਦੀ, ਠੀਕ ਹੈ, ਇੰਟਰਵਿਊ ਉਹਨਾਂ ਦੀ। ਚੰਡੀਗੜ੍ਹ ਆਏ ਨੇ ਉਹ, ਦੇਖਦੇ ਉਹਨਾਂ ਨੇ ਕੀ ਗੰਦ ਪਾਇਆ ਇੱਥੇ, ਕੀ ਲੱਲਰ ਲਾਏ ਨੇ, ਅੱਜ ਉਹਨਾਂ ਨਾਲ ਗੱਲਬਾਤ ਕਰਦੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੀ ਕਰ ਰਹੇ ਹੋ ਕਾਕਾ? ਅਸੀਂ ਤੁਹਾਡੀ ਲੈਣ ਆਇਆ ਜੀ। ਦੇਖੋ ਜੀ, ਮੈਂ ਤਾਂ ਦਿੰਦਾ ਠੀਕ ਆ, ਮੇਰੇ ਯਾਰ ਵੇਲੇ ਤਿੰਨ ਵਿਹਲੇ ਨੇ, ਇਹਨਾਂ ਦੀ ਲੈ ਲਓ। ਆਹ ਮਾਨ ਵਿਹਲਾ? ਹਾਂ ਵਿਹਲਾ ਜੀ, ਲੈ ਲਓ। ਠੀਕ ਹੈ ਜੀ, ਇੰਟਰਵਿਊ ਸਰ ਮੇਨ। ਹਾਂ ਇੰਟਰਵਿਊ ਮੇਨ, ਆਪਾਂ ਟੌਪਿਕ 'ਤੇ ਆਈਏ ਹੁਣ। ਹਾਂਜੀ ਹਾਂਜੀ, ਅਸੀਂ ਤੁਹਾਡੇ ਕੋਲ ਆਏ ਹਾਂ, ਸਾਨੂੰ ਪਤਾ ਲੱਗਿਆ ਕਿ ਪ੍ਰੋਡਿਊਸਰ ਵਰਗੇ ਸਾਰੀ ਟੀਮ ਉਹਨਾਂ ਦੀ ਚੰਡੀਗੜ੍ਹ ਪਹੁੰਚੀ ਹੈ। ਅੱਛਾ, 15 ਦਿਨ ਹੋ ਕੇ ਤੁਹਾਨੂੰ ਇੱਥੇ ਬੁੰਡ ਵਰਵਾਉਂਦੇ ਨੂੰ। ਹਾਂ ਹਾਂ, ਤੁਸੀਂ ਕੀ ਕੀਤਾ 15 ਦਿਨਾਂ ਦੇ ਵਿੱਚ? 15 ਦਿਨਾਂ ਦੇ ਵਿੱਚ ਪਹਿਲਾਂ ਤਾਂ ਇਹਨਾਂ ਨੇ ਸਾਨੂੰ ਕੋਠੀ 'ਚ ਲੈ ਕੇ ਡੇਰਾ ਵਸੀ। ਡੇਰਾ ਵਸੀ? ਡੇਰਾ ਵਸੀ। ਕੋਠੀ 'ਚ ਕੀ ਕੀਤਾ ਤੁਹਾਡੇ ਨਾਲ? ਕੋਠੀ 'ਚ ਇਹਨਾਂ ਨੇ ਬਹੁਤ ਸਾਡੇ ਨਾਲ ਧੱਕਾ ਖਾਈ ਗਏ। ਧੱਕਾ ਕੀਤਾ ਤੁਹਾਡੇ ਨਾਲ? ਇਹਨਾਂ ਨੇ ਸਾਨੂੰ ਬਿਮਾਰ ਕਰਤਾ। ਅੱਛਾ, ਇੱਕ ਸੀਗਾ ਲਾਲੀ। ਲਾਲੀ? ਉਹ ਲਾਲੀ ਜਦੋਂ ਅਸੀਂ ਉੱਠ ਖੜਦੇ ਉਹਦੀ ਕਹਿੰਦਾ ਤੁਹਾਡੇ ਵਾਸਤੇ ਦੁੱਧ ਲੈ ਕੇ ਆਵਾਂ। ਸੇਵਾ ਕੀਤੀ ਤੁਹਾਡੀ? ਪੂਰੀ ਸੇਵਾ ਕੀਤੀ। ਅੱਛਾ, ਇੱਕ ਜਿਹੜਾ ਜੈਲੋਸੀਨ ਵਾਲਾ ਕੀੜੀ ਹੁੰਦੀ ਆ ਉਹ ਪਹਿਲਾਂ ਜੈਲੋਸੀਨ ਹੋ ਰਿਹਾ ਜੈਲੋਸੀਨ ਸਾਡੀ ਭੈਣ ਕਰਦੀ ਸਿਰ ਦਾ ਫੁੱਦੂ ਬੰਦਾ। ਅੱਛਾ, ਹਾਂਜੀ ਹਾਂ, ਉਹਨਾਂ ਨੇ ਬਿਮਾਰ ਕਰਤੇ। ਅੱਛਾ, ਹਾਂ, ਸਾਡੇ ਕੋਲ ਟਾਈਮ ਘੱਟ, ਫਟਾਫਟ ਕੁਸਚਨ ਵਿੱਚੋਂ ਸਾਰੇ। ਉਹਨਾਂ ਨੇ ਤੁਹਾਨੂੰ ਕੀ ਕਿਵੇਂ ਬਿਮਾਰ ਕੀਤਾ? ਬਸ ਇੱਕ ਮਾੜੀ ਗੱਲ ਦੱਸ ਦੋ। ਜੈਲੋਸੀਨ ਨੇ? ਹਾਂ ਜੈਲੋਸੀਨ। ਉਹਨੇ ਸਾਨੂੰ ਪੰਪ ਮਾਰ ਮਾਰ ਕੇ ਪਹਿਲਾਂ ਕਹਿੰਦਾ ਤੁਸੀਂ ਸਾਨੂੰ ਖੰਘ ਘਟੀ, ਕਹਿੰਦਾ ਮੈਂ ਤੁਹਾਡੇ ਕੋਲ ਲਾ ਜਾਏਗਾ ਡੇਰਾ ਵਸੀ ਦੀ ਗੱਲ ਮੁੱਕ ਗਈ। ਹਾਂ, ਹੁਣ ਆਓ ਚੰਡੀਗੜ੍ਹ ਆ ਗਿਆ। ਚੰਡੀਗੜ੍ਹ ਤੁਸੀਂ ਕੀ ਕੀਤਾ? ਚੰਡੀਗੜ੍ਹ ਕੁੜੀਆਂ ਨੇ ਮੇਰੀ ਜੱਫੀਆਂ ਪਾਉਂਦੀਆਂ ਨਾਲ। ਜੱਫੀਆਂ ਕੁੜੀਆਂ? ਮੈਂ ਅੱਜ ਤੱਕ ਕਿਸੇ ਕੁੜੀ ਨੂੰ ਜੱਫੀ ਨਹੀਂ ਪਾਈ, ਮੈਂ ਟੱਚ ਨਹੀਂ ਕੀਤਾ, ਪਰ ਇਹਨਾਂ ਨੇ ਮੇਰੇ ਨਾਲ ਧੱਕਾ ਕਰਾਇਆ, ਕੁੜੀਆਂ ਨੂੰ ਐਂ ਜੱਫੀਆਂ ਪਵਾਈਆਂ, ਕਹਿੰਦੇ ਪਾ। ਹਾਂ ਹਾਂ, ਮੈਂ ਦੇਖਦਾ ਤੁਹਾਡੀ ਵੀਡੀਓ 'ਚ ਵੀ ਕੋਈ ਕੁੜੀ ਨਹੀਂ ਹੈਗੀ ਅੱਜ ਤੱਕ ਰੀਅਲ। ਤੇ ਮੇਰੇ ਹੋਰ ਅੱਧੂ ਬਾਅਦ ਤੁਸੀਂ ਆਪਦੀ ਸਹੇਲੇ ਸੁਹੇਲੇ ਨੂੰ ਮਿਲੇ ਹੋਗੇ ਇੱਕ ਦੋ? ਨਾ, ਅਜਿਹਾ ਕੰਮ ਤਾਂ ਕਰਦੇ ਨਹੀਂ ਹੈਗੇ। ਦੇਖੋ ਝੂਠ ਨਾ ਬੋਲੋ। ਅਸੀਂ ਪੂਰੇ ਬ੍ਰਹਮਚਾਰੀ ਸੀ, ਵਰਜਨ ਹਾਂ ਤੇ ਵਰਜਨ ਸੀ ਤੇ ਵਰਜਨ ਰਹਾਂਗੇ, ਇਹ ਮੈਂ ਤੇ ਭਾਨਾ ਸਾਡਾ ਟਾਰਗੇਟ ਹੈ। ਦੇਖੋ ਆ ਸਾਡੀ ਖੂਫੀਆ ਜਿਹੜੇ ਰਿਪੋਰਟਰ ਨੇ ਤੁਹਾਡੇ ਪਿੱਛੇ ਰਹਿੰਦੇ ਹਰ ਟਾਈਮ, ਸਾਡੇ ਕੋਲ ਸਬੂਤ ਨੇ, ਅਸੀਂ ਪੇਸ਼ ਕਰਦੇ ਜਿਹੜੇ ਟਾਈਮ ਤੁਸੀਂ ਭਾਨੇ ਤੋਂ ਪੁੱਛ ਲਓ ਮੈਨੂੰ ਨਹੀਂ। ਅਸੀਂ ਸਾਨੂੰ ਸੰਤਾਂ ਦੇ ਨਾਮ ਨਾਲ ਜਾਣਿਆ ਜਾਂਦਾ ਪੰਜਾਬ 'ਚ। ਹੁਣ ਸਾਨੂੰ ਪਹਿਲਾਂ ਸਾਨੂੰ ਸੰਤ ਕਹਿਣ ਲੱਗ ਗਏ, ਕਿਉਂਕਿ ਅਸੀਂ ਬੰਦੇ ਇਹੋ ਜਿਹਾ ਵੀ ਅਸੀਂ ਮਨ ਕੇ ਚੱਲ ਸੰਤ ਸਾਨੂੰ ਤਾਂ ਕਹਿਣ ਲੱਗ ਗਏ ਵੀ ਤਕਰ ਗਲਤ ਕੰਮ ਨਹੀਂ ਕਰਿਆ, ਫਣੀ ਬੰਦੇ ਨੇਗੇ, ਅਸਲੀ ਸੰਤ ਆ। ਕੁਛ ਕੁ ਸਾਲਾਂ ਤੱਕ ਤੁਸੀਂ ਸਾਨੂੰ ਇਹ ਗੱਲ ਤੁਹਾਨੂੰ ਮੈਂ ਅੱਜ ਕਲੀਅਰ ਕਰ ਦੇਣਾ ਚਾਹੁੰਦਾ ਵੀ ਸਾਨੂੰ ਤੁਸੀਂ ਨਾਗੇ ਸਾਧ ਦੇ ਰੂਪ 'ਚ ਵੀ ਦੇਖੋਗੇ, ਜਿਵੇਂ ਨਾਗੇ ਸਾਧ ਰਹਿੰਦੇ ਹੁੰਦੇ। ਅਸੀਂ ਆਪਦੀ ਗੱਡੀ 'ਚ ਬਿਨਾਂ ਕੱਪੜਿਆਂ ਤੋਂ ਜਾਇਆ ਕਰਾਂਗੇ, ਚੰਡੀਗੜ੍ਹ ਜਿਹੜੇ ਵੀ ਸ਼ਹਿਰਾਂ ਜਾਇਆ ਕਰਾਂਗੇ, ਅਸੀਂ ਬਿਨਾਂ ਕੱਪੜਿਆਂ ਜਾਇਆ ਕਰਾਂਗੇ। ਅਸੀਂ ਇੱਕ ਇੱਕ ਮੇਰੇ ਮੂੰਹ 'ਚ ਚੱਕੋ ਬਕਵਾਸ, ਤੂੰ ਕਹਿ ਲਿਆ ਪੱਤਰਕਾਰਾਂ, ਤੈਨੂੰ ਪਤਾ ਨਹੀਂ ਪੈਣ 'ਚੋਂ ਸਾਥੋਂ ਪੱਤਰਕਾਰ ਇੰਟਰਵਿਊ ਲੈਣ ਲਈ ਦੋ ਦੋ ਮਹੀਨੇ ਟਾਈਮ ਮੰਗਦੇ ਨੇ, ਇੱਥੇ ਫ੍ਰੀ 'ਚ ਇੰਟਰਵਿਊ ਦੇ ਵਾਰੀਆਂ ਤੁਹਾਡੀਆਂ ਪਰ ਮੂੰਹ 'ਚ ਤੱਕਣਾ। ਮਾਨ ਸਾਹਿਬ ਉਹ ਤਾਂ ਬੰਦੇ ਇਹ ਬਹੁਤ ਖਤਰਨਾਕ ਨੇ, ਠੀਕ ਹੈ। ਤੁਹਾਨੂੰ ਕਿੰਨੇ ਦਿਨ ਹੋ ਗਏ ਇਹਨਾਂ ਰਹਿੰਦੇ ਨੂੰ? ਮੈਨੂੰ ਹੋ ਗਏ ਜੀ 20 ਦਿਨ ਹੋ ਗਏ, ਮਿਲਣੇ ਹੋ ਗਏ, ਹਾਂ ਮਿਲਣੇ ਹੋ ਜਾਂਦੇ। ਫਿਰ ਤਾਂ ਤੁਸੀਂ ਬੱਚੇ ਨਹੀਂ ਹੋਣੇ ਇਹਨਾਂ ਨਾਲ, ਕੋਈ 5 ਦਿਨ ਬੰਦਾ ਰਹੇ ਮੁੰਡ ਮਾਰ ਦੇ ਬੰਦੇ ਦੀ। ਨਾ ਨਾ, ਅਸੀਂ ਕਿਵੇਂ ਵੱਜ ਗਏ? ਤੁਸੀਂ ਸਾਡੇ ਨਾਲ ਧੱਕਾ ਕਰਿਆ, ਤੁਸੀਂ ਸਾਡੇ ਨਾਲ 10 ਲੱਖ ਦੇ ਸਾਇਨ ਹੋ, ਤੁਸੀਂ ਸਾਨੂੰ 5 ਲੱਖ ਰੁਪਇਆ 5 ਲੱਖ ਰੁਪਏ। ਬਾਕੀ ਇੱਕ ਸਭ ਤੋਂ ਵੱਡੀ ਗੱਲ ਤੁਸੀਂ ਹੋਰ ਕਰੀ, ਤੁਹਾਡੇ ਭੈਣ ਚੋਦ ਤੁਹਾਡੇ ਜਿਹੜੇ ਉਹਨੂੰ ਮਰਾ ਪ੍ਰਮੋਸ਼ਨ ਨੂੰ ਮੋਹਿਤ ਉਹ ਭੈਣ ਚੋਦ ਬਾਅਦ ਇੱਕ ਮਿੰਟ ਬਕਵਾਸ ਨਾ ਮਾਰ, ਮੈਨੂੰ ਇੰਟਰਵਿਊ ਪਿੱਛੇ ਰਹਿ ਭੈਣ ਚੋਦ ਟਰੈਕ ਪਿੱਛੇ ਰਹਿ, ਉਹਨੇ ਸਾਨੂੰ ਮਾਡਲਾਂ ਕਹਿ ਕੇ ਲਿਆ ਕੇ ਵਧੀਆ ਸਾਨੂੰ ਕੱਟੂ ਮਾਰ ਲਿਆ ਕਰਤਾ, ਕੱਟੂ ਮਾਰ ਲਿਆ ਕਰਤਾ ਭੈਣ ਚੋਦ ਨੇ ਜਮਾ। ਤੇ ਇੱਕ ਸਾਡੇ ਨਾਲ ਉਹਨਾਂ ਨੇ ਗੱਲਬਾਤ ਕਰੀ ਸੀ ਵੀ ਸਵੇਰੇ ਉੱਠੋ ਸਰ ਗ੍ਰੀਨ ਟੀ ਪੀਣ ਮਿਲੂਗੀ, ਹਾਂ ਇਹਨਾਂ ਨੇ ਭੈਣ ਚੋਦ ਸੜੀ ਚਾਹ ਪਈ ਸਾਨੂੰ। ਇਹ ਗਲਤ ਗੱਲ ਆ, ਗ੍ਰੀਨ ਟੀ ਦੇ ਤੁਹਾਨੂੰ ਲੱਖ ਤਾਂ ਪਹਿਲਾਂ ਸੁੱਕੇ ਪਏ ਨੇ, ਗ੍ਰੀਨ ਟੀ ਅਸੀਂ ਗ੍ਰੀਨ ਟੀ ਪੀਂਦੇ ਸੰਤ ਇਹ ਚੀਜ਼ਾਂ ਪੀਂਦੇ ਨੇ, ਸੰਤ ਇਹ ਚੀਜ਼ਾਂ ਪੀਂਦੇ ਨੇ, ਠੀਕ ਹੈ। ਚਾਚਾ ਹੋਟਲ ਚਾਚਾ ਮੈਂ ਮੇਰੇ ਤੋਂ ਅਸਰ ਗੱਲ ਹਾਂ ਮੈਨੂੰ ਸਾਰਾ ਪੰਜਾਬ ਚਾਚਾ ਚਾਚਾ ਕਹਿੰਦਾ। ਅੱਛਾ, ਹਾਂ ਇਹ ਭੈਣ ਚੋਦ ਦੇਸੀ ਅੜਕਾਂ ਦੀ ਭੈਣ ਦੇ ਡਾਂਗ ਵੜ ਗਿਆ, ਅੱਧਾ ਚਾਚਾ ਖਰਾਬ ਕਰਤਾ। ਚਲੋ ਕੋਈ ਗੱਲ, ਠੀਕ ਹੈ ਸਰ, ਬਹੁਤ ਬਹੁਤ